ਹਰਮਨ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਾਫੀ ਟਾਈਮ ਤੋਂ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਹਾਂ ਪਹਿਲਾਂ ਵਿਹਲੇ ਨਹੀਂ ਹੋਇਆ ਗਿਆ ਪਹਿਲਾਂ ਝੋਨੇ ਦਾ ਸੀਜ਼ਨ ਚੱਲ ਪਿਆ ਦੁਆ ਠੰਡ ਵਾਲੀ ਜ਼ਿਆਦਾ ਸੀ ਤੇ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਵੀ ਇੱਕ ਨਾ ਆਪਾਂ ਬੂਸਟਰ ਪੰਪ ਦੀ ਮੈਂ ਸਟੋਰੀ ਪਾਈ ਸੀ 2 ਮਹੀਨੇ ਪਹਿਲਾਂ ਇੰਸਟਾਗ੍ਰਾਮ ਤੇ ਉਦੋਂ ਬਾਅਦ ਮੈਸੇਜ ਆਈ ਜਾਂਦੇ ਸੀ ਬਹੁਤ ਵੀਰਾਂ ਦੇ ਵੀ ਬੂਸਟਰ ਪੰਪ ਦੇ ਉੱਤੇ ਤੁਸੀਂ ਵੀਡੀਓ ਬਣਾਓ ਵੀ ਬੂਸਟਰ ਪੰਪ ਕਿਵੇਂ ਫਿੱਟ ਹੁੰਦਾ ਹੈਗਾ ਕੀ ਕੰਮ ਆ ਇਹਦਾ ਤੇ ਕਿੰਨਾ ਖਰਚਾ ਆਉਂਦਾ ਹੈਗਾ ਆਪਾਂ ਹੁਣ ਅੱਜ ਬੂਸਟਰ ਪੰਪ ਬਾਰੇ ਦੱਸਾਂਗੇ ਵੀ ਬੂਸਟਰ ਕੀ ਚੀਜ਼ ਆ ਕੀ ਕੰਮ ਕਰਦਾ ਹੈ ਆਹ ਚੀਜ਼ ਆ ਜੀ ਬੂਸਟਰ ਇਹਦੇ ਨਾਲ ਕੀ ਆ ਜਿਹੜਾ ਪੰਪ ਦਾ ਟਾਪਾ ਹੈ ਪੰਪ ਦਾ ਟਾਪਾ ਪਿੱਛੋਂ ਆਪਾਂ ਸਾਰਾ ਚੇਂਜ ਕਰਿਆ ਹੋਇਆ ਇਹਦੇ ਵਿੱਚੋਂ ਲੀਵਰਾਂ ਦਾ ਵੀ ਫਰਕ ਹੈ ਤੇ ਜਿਹੜਾ ਬੂਸਟਰ ਹੈ ਇਹ ਰੈਕ ਦੇ ਨਾਲ ਜੁੜਿਆ ਹੋਇਆ ਜਿਹੜੀ ਇਹਦੇ ਇੱਥੇ ਰੈਕ ਹੁੰਦੀ ਹੈ ਨਾ ਉਹ ਰੈਕ ਦੇ ਨਾਲ ਬੂਸਟਰ ਜੁੜਿਆ ਹੈਗਾ ਤੇ ਆਹ ਇਹਨੂੰ ਆਪਾਂ ਇੱਥੋਂ ਹਵਾ ਦਿੱਤੀ ਹੋਈ ਆ ਟਰਬੋ ਤੋਂ ਆਹ ਪਾਈਪ ਟਰਬੋ ਦੇ ਕੰਪਰੈਸਰ ਵੀਲ ਤੋਂ ਆਉਂਦੀ ਹੈ ਜਿਹੜੀ ਮੈਨੀਫੋਲਡ ਦੇ ਵਿੱਚ ਜਾਂਦੀ ਆ ਹੈੱਡ 'ਚ ਕਹਿ ਦਿੰਦੇ ਆਪਾਂ ਇੰਜਣ ਦੇ ਹੈੱਡ ਦੇ ਵਿੱਚ ਜਾਂਦੀ ਆ ਇੱਥੇ ਆਪਾਂ ਆਹ ਪਾਈਪ ਚੱਕੀ ਹੈ ਇਹਦੀ ਇੱਕ ਇੱਥੋਂ ਆਊਟਲੈਟ ਕੱਢੀ ਹੈ ਇੱਥੋਂ ਹਵਾ ਜਿਹੜੀ ਆਹ ਪਾਈਪ ਰਾਹੀਂ ਉਹਦੇ ਬੂਸਟਰ ਤੱਕ ਜਾਂਦੀ ਹੈ ਆਹ ਉੱਧਰੋਂ ਪਾਈਪ ਆਉਂਦੀ ਹੈ ਜਿਹੜੀ ਆਹ ਇਹਦੇ ਉੱਪਰਲੇ ਪਾਸੇ ਲੱਗ ਗਈ ਇੱਥੋਂ ਕੀ ਆ ਇਹਦੇ 'ਚ ਇੱਕ ਪਲਾਸਟਿਕ ਦਾ ਪੱਤਾ ਹੈਗਾ ਉਹ ਪਲਾਸਟਿਕ ਦੇ ਪੱਤੇ ਨੂੰ ਦੱਬਣਾ ਹੈ ਉਹ ਪਲਾਸਟਿਕ ਦਾ ਪੱਤਾ ਜਿਹੜਾ ਉਹ ਲੀਵਰ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਅਸੀਂ ਖੋਲ੍ਹ ਕੇ ਦਿਖਾਉਣਾ ਹੈ ਆਪਾਂ ਪਲੇਟ ਚੱਕ ਲਈ ਇਹਦੀ ਜਿਹੜਾ ਆਹ ਪੱਤਾ ਹੈ ਇਹ ਪੱਤਾ ਆਹ ਨਟ ਦੇ ਥਰੂ ਥੱਲੇ ਰੈਕ ਦੇ ਲੀਵਰ ਨਾਲ ਜੁੜਿਆ ਹੋਇਆ ਹੈਗਾ ਇਹ ਪੱਤਾ ਵੀ ਆਪਾਂ ਖੋਲ੍ਹ ਲੈਂਦੇ ਇਹਦਾ ਇਹਦੇ 'ਚ ਸਪਰਿੰਗ ਹੈ ਆਹ ਰੈਕ ਵਾਲਾ ਲੀਵਰ ਹੈ ਇਹ ਜਦੋਂ ਬੂਸਟ ਕਰਦਾ ਉਦੋਂ ਇਹ ਥੱਲੇ ਨੂੰ ਦੱਬਿਆ ਜਾਂਦਾ ਅਤੇ ਆਪਣੇ ਆਪ ਹੀ ਇਹ ਉੱਪਰ ਆ ਜਾਂਦਾ ਗਾ ਜਦੋਂ ਟਰਬੋ ਦਾ ਬੂਸਟ ਵੱਧਦਾ ਉਦੋਂ ਇਹ ਥੱਲੇ ਨੂੰ ਜਾ ਕੇ ਜਿਹੜਾ ਰੈਕ ਦਾ ਹੁੰਦੀ ਆ ਰੈਕ ਵਾਲਾ ਲੀਵਰ ਹੈ ਉਹ ਅੱਗੇ ਨੂੰ ਧੱਕੀ ਜਾਂਦੀ ਆ ਰੈਕ ਨਹੀਂ ਆਪਾਂ ਕੀ ਕਰਦੇ ਹਾਂਗੇ ਹੋਰਾਂ ਟਰੈਕਟਰਾਂ ਦੇ ਜਾਂ ਜਦੋਂ ਮੰਨ ਲਓ ਵੀ ਟਰੈਕਟਰ ਆਪਣਾ ਤੇਲ ਨਹੀਂ ਮੰਨਦਾ ਧੂੰਆਂ ਨਹੀਂ ਦਿਖਾਉਂਦਾ ਹੈਗਾ ਅਤੇ ਜਿਹੜੀ ਆਹ ਟੋਪੀ ਦੇ ਥੱਲੇ ਇੱਕ ਨਟ ਹੁੰਦਾ ਗਾ 4 ਨੰਬਰ ਦੀ ਅਲੱਗੀ ਵਾਲਾ ਉਹ 'ਚ ਆਪਾਂ ਬਾਹਲਾਂ ਕੱਢ ਦਿੰਦੇ ਹਾਂ ਇਹਦੇ 'ਚ ਕੀ ਆ ਇਹਦੇ 'ਚ ਇੱਥੇ ਨਟ ਹੀ ਹੈ ਨਹੀਂ ਗਾ ਇਹਦਾ ਸਾਰਾ ਕੰਟਰੋਲ ਆ ਜਿਹੜਾ ਸਾਰਾ ਕੰਟਰੋਲ ਬੂਸਟ ਨੇ ਕਰਨਾ ਹੈਗਾ ਹਵਾ ਦੇ ਪ੍ਰੈਸ਼ਰ ਦੇ ਹਿਸਾਬ ਨਾਲ ਜਿਹੜਾ ਬੂਸਟਰ ਆ ਬੂਸਟਰ ਦਾ ਜਿਹੜਾ ਬੈਨੀਫਿਟ ਆ ਬੈਨੀਫਿਟ ਇਹ ਆ ਇਹਦੇ ਨਾਲ ਟਰੈਕਟਰ ਸਮੋਕ ਨਹੀਂ ਦਿੰਦਾ ਹੈਗਾ ਸਮੋਕ ਜੇ ਤੁਸੀਂ ਜ਼ਿਆਦਾ ਮੰਨ ਲਓ ਵੀ ਤੇਲ ਖੋਲ੍ਹ ਕੇ ਵੀ ਚਲਾਉਣਾ ਹੈ ਤਾਂ ਵੀ ਪਹਿਲਾਂ ਨਾਲੋਂ ਅੱਧੀ ਸਮੋਕ ਰਹਿ ਜੂਗੀ ਟਰੈਕਟਰ ਦੀ ਉਹਦਾ ਕਾਰਨ ਇਹ ਆ ਵੀ ਜਿਹੜੀ ਇਹਦੀ ਡਿਲੀਵਰੀ ਹੈ ਜਾਂ ਰੈਕ ਖੁੱਲ੍ਹਦੀ ਆ ਉਹ ਟਰਬੋ ਦਾ ਪ੍ਰੈਸ਼ਰ ਬਣਨ ਤੋਂ ਬਾਅਦ ਖੁੱਲ੍ਹਦੀ ਹੈ ਕਿਉਂਕਿ ਜਦੋਂ ਆਮ ਟਰੈਕਟਰ ਦਾ ਆਪਾਂ ਤੇਲ ਵਧਾ ਦਿੰਦੇ ਹੈਗੇ ਉਹ ਲੀਵਰ ਇੱਕ ਲੱਤ ਤੇਲ ਧੱਕ ਦਿੰਦਾ ਗਾ ਟਰਬੋ ਦੇ ਚੱਕਰ ਉਹਨੇ ਬਣੇ ਨਹੀਂ ਹੁੰਦੇ ਉਹਦੇ ਨਾਲ ਕੀ ਆ ਟਰੈਕਟਰ ਧੂੰਆਂ ਐਂ ਲੱਗ ਜਾਂਦਾ ਰੈਕ ਦੇਣ ਵੇਲੇ ਜਿਹੜੇ ਟਰੈਕਟਰ ਤੇ ਬੂਸਟਰ ਲੱਗਿਆ ਹੋਊਗਾ ਉਹ ਟਰੈਕਟਰ ਕਦੇ ਵੀ ਤੁਸੀਂ ਦੇਖ ਲਿਓ ਉਹ ਟਰੈਕਟਰ ਧੂੰਆਂ ਦੂਸਰੇ ਟਰੈਕਟਰਾਂ ਨਾਲੋਂ ਅੱਧਾ ਜਾਂ ਜਮੀ ਨਹੀਂ ਮਾਰਦਾ ਹੈਗਾ ਜੇ ਆਪਾਂ ਨੋਰਮਲ ਰੱਖਣਾ ਹੈਗਾ ਜਿਵੇਂ ਕਿ ਆਪਾਂ ਬਾਹੀ ਦੇ ਵਿੱਚ ਚਲਾਉਂਦੇ ਹਾਂ ਅਤੇ ਵੈਸੇ ਸਿਰਾ ਤਾਂ ਕਿਸੇ ਚੀਜ਼ ਦਾ ਆਉਂਦੀ ਨਹੀਂ ਹੈਗਾ ਹੈਗਾ ਜੇ ਆਪਾਂ ਕਹਿ ਦਈਏ ਵੀ ਦੂਜੇ ਨਾਲ ਮੇਰਾ ਉੱਤੋਂ ਦੀ ਚੱਲੇ ਜੇ ਅਗਲਾ 100 ਦਾ ਕਰ ਲੂਗਾ ਫਿਰ ਤੁਸੀਂ 120 ਦਾ ਕਰ ਲਓਗੇ ਜੇ ਅਗਲਾ 120 ਦਾ ਕਰ ਲਓ ਤੁਸੀਂ 150 ਦਾ ਕਰ ਲਓਗੇ ਉਹ ਜਿਹੜੀ ਜਦਈ ਵਾਲੀ ਸਿਸਟਮ ਆ ਗਿਆ ਜਦਈ ਵਾਲੇ ਸਿਸਟਮ ਨਾਲ ਤਾਂ ਕੋਈ ਇਹਦਾ ਤਾਲਕਾ ਤਾਂ ਹੈ ਨਹੀਂ ਗਾ ਇਹ ਹੈਗਾ ਨੋਰਮਲ ਬੰਦੇ ਵਾਸਤੇ ਜਿਹਨੇ ਨੋਰਮਲ ਚਲਾਉਣਾ ਅਤੇ ਇਹਦਾ ਜਿਹੜਾ ਮੰਨ ਲਓ ਵੀ ਜਦੋਂ ਬੂਸਟ ਬਣਨ ਤੋਂ ਬਾਅਦ ਤੇਲ ਜਾਂਦਾ ਗਾ ਉਹ ਤੇਲ ਆ ਜਿਹੜਾ ਉਹ ਤੇਲ ਪ੍ਰੋਪਰ ਤਰੀਕੇ ਨਾਲ ਮੱਚ ਜਾਂਦਾ ਗਾ ਉਹਦੇ ਕਰਕੇ ਵੀ ਜਿਹੜਾ ਇਹ ਧੂੰਆਂ ਗਾ ਧੂੰਆਂ ਨਹੀਂ ਦਿੰਦਾ ਹੈਗਾ ਅਤੇ ਆਮ ਟਰੈਕਟਰਾਂ ਦਾ ਕੀ ਹੁੰਦਾ ਜਦੋਂ ਆਪਾਂ ਤੇਲ ਵਧਾ ਦਿੰਦੇ ਹਾਂਗੇ ਜਦੋਂ ਤੇਲ ਉਹ ਇੱਕ ਲੱਤ ਵਿੱਚ ਇਹਦੇ ਮੰਨ ਲਓ ਵੀ ਇੰਜਨ ਦੇ ਵਿੱਚ ਜਾਂਦਾ ਗਾ ਉਹ ਜਦੋਂ ਰੇਸ ਦੇਣ ਵੇਲੇ ਜਿਹੜਾ ਧੂੰਆਂ ਮਾਰਦਾ ਉਹ ਤੇਲ ਵੇਸਟ 'ਚ ਵਗ ਜਾਂਦਾ ਗਾ ਅਤੇ ਤਾਂ ਕਰਕੇ ਜਿਹੜਾ ਇਹ ਬੂਸਟਰ ਹੈਗਾ ਬੂਸਟਰ ਦਾ ਅਸੀਂ ਮੰਨ ਲਓ ਵੀ 2 ਮਹੀਨੇ ਹੋ ਗਏ ਸਾਨੂੰ ਤਕਰੀਬਨ ਟਰਾਈ ਲਈ ਜਾਂਦੇ ਨੇ ਇਹਦੀ ਅਸੀਂ ਇਹਦਾ ਟਰਾਲੇ ਦੇ ਉੱਤੇ ਵੀ ਟਰੈਕਟਰ ਚਲਾ ਕੇ ਦੇਖਿਆ ਕੰਪਿਊਟਰ ਗਰਾਜ ਵੀ ਚਲਾ ਕੇ ਦੇਖਿਆ ਹੋਰਾਂ ਕੰਮਾਂ 'ਚ ਵੀ ਚਲਾ ਕੇ ਦੇਖਿਆ ਇਹ ਟਰੈਕਟਰ ਦਾ ਖਰਚਾ ਪਹਿਲਾਂ ਨਾਲੋਂ ਨੋਰਮਲ ਘਟਿਆ ਗਾ ਜ਼ਿਆਦਾ ਨਹੀਂ ਹੁਣ ਮੈਂ ਤੁਹਾਨੂੰ ਇਹਦੀ ਆਹ ਟੋਪੀ ਵੀ ਲਾ ਕੇ ਦਿਖਾ ਦਿੰਦਾ ਇਹਦੇ 'ਚ ਨਟ ਹੈ ਜਾਂ ਨਾ ਹੈ ਆਹ ਦੇਖ ਲਓ ਇਹਦੇ ਵਿੱਚ ਕੋਈ ਨਟ ਨਹੀਂ ਹੈਗਾ ਹੈਗਾ ਸਿੱਧੀ ਜਿਹੜੀ ਰੈਕ ਹੈ ਸਿੱਧੀ ਰੈਕ ਦਾ ਸਿਰਾ ਆਉਂਦਾ ਹੈਗਾ ਹੁਣ ਅਸੀਂ ਇਹਨੂੰ ਸਟਾਰਟ ਕਰਕੇ ਉਹਦਾ ਇਹਨਾਂ ਦੇ ਨਟ ਨਹੀਂ ਹੈਗਾ ਇਹਦੇ ਟਰੈਕਟਰ ਧੂੰਆਂ ਨਹੀਂ ਦਿੰਦਾ ਹੈਗਾ
ਐਡਜਸਟਮੈਂਟਾਂ ਦਾ ਵੀ ਸੌਖਾ ਹੈਗਾ, ਆਪਾਂ ਨੂੰ ਆ ਪਲੇਟ ਖੋਲਣ ਦੀ ਲੋੜ ਨਹੀਂ ਥੱਲੜੀ। ਜੇ ਆਪਣੇ ਪਿਕਅਪ ਮੰਨ ਲਓ ਘੱਟ ਹੈ ਤਾਂ ਜਿਹੜਾ ਆਹ ਨਟ ਹੈ ਇਹ ਨਟ ਹੀ ਆਪਾਂ ਬਾਹਰੋਂ ਹੀ ਕੱਸ ਦੇਣਾ ਹੈਗਾ, ਆ ਵਿੱਚ ਇਹਦੇ ਐਲ ਕੀ ਲੱਗਦੀ ਹੈ ਅਤੇ ਆਹ 10 ਨੰਬਰ ਦੀ ਟੋਪੀ ਹੈ, ਉੱਪਰ ਉੱਪਰ ਇਹਦੇ ਆਹ ਕੈਪ ਚੜ੍ਹ ਜਾਂਦਾ। ਬਸ ਆਹ ਕੈਪ ਖੋਲ੍ਹ ਕੇ ਇੱਥੇ ਆਪਾਂ ਇਹਦਾ ਤੇਲ ਆ, ਜਿਹੜੇ ਤੇਲ ਦੀ ਐਡਜਸਟਮੈਂਟ ਵੀ ਇੱਥੇ ਹੀ ਕਰ ਸਕਦੇ ਹਾਂ। ਜਿਹੜੇ ਟਰਬੋ ਦੀ ਬੂਸਟ ਵਾਲਾ ਕੰਮ ਆ ਗਿਆ ਵੀ ਟਰਬੋ ਆਪਾਂ ਇਹਨੂੰ ਪੰਪ ਨੂੰ ਮੰਨ ਲਓ ਵੀ ਹੁਣ ਇਹ ਤਕਰੀਬਨ 18 ਚੱਕਰਾਂ ਦੇ ਕੰਮ ਕਰਦਾ, 17-18 ਚੱਕਰ ਤੇ ਪੂਰਾ ਕੰਮ ਕਰਦਾ। ਜੇ ਆਪਾਂ ਇਹਨੂੰ ਡਾਊਨ ਚੱਕਰਾਂ ਦੇ ਕੰਮ ਕਰ ਲਾਉਣਾ ਤਾਂ ਇਹਦੇ ਆਹ ਬਾਹਰ ਹੀ ਆ ਗਈ, ਇੱਥੇ ਆ ਗਈ, ਇੱਥੇ ਆਹ ਟੋਪੀ ਲੱਗੀ ਹੋਈ ਸੀ ਐਲ ਕੀ ਵਾਲੀ, ਅਤੇ ਇਹਦੇ ਵਿੱਚ ਗਰਾਰੀ ਇੱਕ, ਉਹ ਗਰਾਰੀ ਟੈਪ ਬਣਿਆ ਹੋਇਆ ਹੈਗਾ, ਉਹਨੂੰ ਆਪਾਂ ਢਿੱਲਾ ਕਰਕੇ ਇਹਨੂੰ ਆਪਾਂ ਥੱਲੇ ਡਾਊਨ ਚੱਕਰਾਂ 'ਤੇ ਵੀ ਕੰਮ ਕਰਨ ਲਾ ਸਕਦੇ ਹਾਂ, ਅਪ ਚੱਕਰਾਂ 'ਤੇ ਵੀ ਕੰਮ ਕਰਨ ਲਾ ਸਕਦੇ ਹਾਂ। ਜਿਹੜੀ ਇਹ ਚੀਜ਼ ਆ ਗਈ ਇੱਕ ਮੰਨ ਲਓ ਵੀ ਅਲੱਗ ਤੋਂ ਚੀਜ਼ ਆ ਗਈ, ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਵਿੱਚੋਂ ਪੰਪ 'ਚੋਂ ਕੁਝ ਹਟਾਤਾ, ਹਟਾ ਕੇ ਇਹ ਚੀਜ਼ ਨਹੀਂ ਲੱਗਦੀ ਹੈਗੀ। ਜਿਹੜਾ ਵਿੱਚ ਇਹਦੇ ਕੈਪਸੂਲ ਹੈ ਅਤੇ ਜਾਂ ਬਾਕੀ ਜਿਹੜੇ ਲੀਵਰ ਨੇ ਉਹ ਸਾਰੇ ਲੀਵਰ ਇਹਦੇ 'ਚ ਉਵੇਂ ਨੇ, ਇਹ ਜਿਹੜੀ ਚੀਜ਼ ਆ ਇਹ ਇੱਕ ਅਲੱਗ ਤੋਂ ਉਹਦੇ ਨਾਲ ਚੀਜ਼ ਆ ਗਈ। ਮੰਨ ਲਓ ਵੀ ਪਹਿਲਾਂ 2 ਬੰਦੇ ਕੰਮ ਕਰਦੇ ਸੀਗੇ, ਹੁਣ ਇਹ ਤੀਸਰਾ ਬੰਦਾ ਆਪਾਂ ਇਹਦੇ ਨਾਲ ਲਾਤਾ, ਇਹ ਜਿਹੜਾ ਇਹ ਆ ਗਿਆ ਇਹਨੇ ਕਮਾਂਡ ਟਰਬੋ ਦੇ ਹਿਸਾਬ ਨਾਲ ਦੇਣੀ ਆ ਪੰਪ ਨੂੰ। ਜਿਹੜੀ ਰੈਕ ਹੈ, ਰੈਕ ਇਹਨੇ ਟਰਬੋ ਦੇ ਹਿਸਾਬ ਨਾਲ ਹੀ ਖੋਲ੍ਹਣੀ ਹੈਗੀ। ਬਾਕੀ ਇਹਦੇ 'ਚ ਪਿਕਅਪ ਵੀ ਦੂਸਰੇ ਪੰਪ ਨਾਲੋਂ, ਸਿੰਪਲ ਪੰਪ ਨਾਲੋਂ ਇਹਦੇ 'ਚ ਪਿਕਅਪ ਵੀ ਜ਼ਿਆਦਾ ਰਹਿੰਦੀ ਹੈਗੀ। ਲਾ ਤੁਸੀਂ ਇਹਨੂੰ ਕਿਸੇ ਵੀ ਟਰੈਕਟਰ 'ਤੇ ਸਕਦੇ ਹੋ। ਆਪਾਂ ਜਿਹੜਾ ਇਹਦਾ ਟਰੈਕਟਰ ਦਾ ਪੰਪ ਨਾਲ ਵਾਲਾ ਪੰਪ ਆਪਾਂ ਖੋਲ੍ਹ ਕੇ ਰੱਖਤਾ, ਇਹ ਪੰਪ ਆਪਾਂ ਨੂੰ ਤਕਰੀਬਨ 15,500 ਰੁਪਏ ਦੇ ਖਰਚੇ ਦੇ ਵਿੱਚ ਤਿਆਰ ਹੋਇਆ ਹੈਗਾ। ਪਲੰਜਰੇ 'ਚ ਆਪਾਂ ਹਰੇ ਰੀਨਲ ਮੈਕੋ ਦੇ ਪਾ ਕੇ ਡਿਸਪੋਜ਼ਲ ਦਾ ਪੰਪ ਲਿਆ ਸੀਗਾ ਆਪਾਂ। ਜੇ ਤੁਸੀਂ ਆਹ ਟਾਪਾ ਜਿਹੜਾ ਪਿਛਲਾ ਇਕੱਲਾ ਟਾਪਾ ਚੇਂਜ ਕਰਾਉਣਾ ਤਾਂ ਇਹ 8,000 ਤੋਂ ਲੈ ਕੇ 9,500 ਰੁਪਏ ਤੱਕ ਦਾ ਖਰਚਾ ਹੈਗਾ। ਜੇ ਤੁਹਾਡਾ ਮੂਹਰਲਾ ਜਿਹੜਾ ਪਲੰਜਰ ਵਗੈਰਾ ਨੇ, ਮੂਹਰਲਾ ਸਮਾਨ ਉਹੀ ਰਹਿੰਦਾ ਹੈਗਾ, ਤਾਂ ਜਿਹੜਾ ਪਿਛਲਾ ਟਾਪਾ ਟਾਪਾ ਹੈਗਾ ਇਹ ਮੰਨ ਲਓ 8,000 ਤੋਂ ਲੈ ਕੇ 9,500 ਰੁਪਏ ਤੱਕ ਦਾ ਖਰਚਾ, ਬਾਕੀ ਨਵੇਂ ਪੁਰਾਣੇ ਦਾ ਰੇਟ ਅਲੱਗ ਅਲੱਗ ਆ। ਇਹ ਮੰਨ ਲਓ ਵੀ ਜਿਹੜਾ ਡਿਸਪੋਜ਼ਲ ਦਾ ਟਾਪਾ ਆਪਾਂ ਫਿਟਿੰਗ ਦਾ ਆ ਗਿਆ, ਇਹ ਉਹ ਆ ਗਿਆ ਵਿੱਚ ਹੀ ਲੇਬਰ ਵਿੱਚ ਟਾਪਾ, ਤਕਰੀਬਨ 1,000 ਰੁਪਏ 'ਚ ਪੈ ਜਾਂਦਾ ਆਪਾਂ ਨੂੰ। ਇੱਕ ਮੈਨੂੰ 54-5 ਵਾਲੇ ਵੀਰਾਂ ਦੇ ਵੀ ਮੈਸੇਜ ਆਏ ਸੀ ਅਤੇ ਵੀ ਆਪਾਂ ਪੰਪ ਦਾ ਕੀ ਜਿਹੜਾ ਜੁਗਾੜ ਕਰ ਸਕਦੇ ਹਾਂਗੇ। ਬਾਕੀ ਤਾਂ ਚਲੋ ਤੁਹਾਡੀ ਮੰਨ ਲਓ ਵੀ ਮਰਜ਼ੀ ਰਹਿ ਗਈ, ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਸਿਸਟਮ ਆ ਗਿਆ, ਕੋਈ ਪੰਪ ਵਾਲਾ ਕਿਵੇਂ ਕਰਦਾ, ਕੋਈ ਕਿਵੇਂ ਜੁਗਾੜ ਕਰਦਾ ਗਾ। ਲੇਕਿਨ ਜਿਹੜੇ ਟਰੈਕਟਰ ਦੀ ਡਿਲੀਵਰੀ ਜ਼ਿਆਦਾ, ਜਿਵੇਂ 54-5 ਦੀ ਡਿਲੀਵਰੀ ਜ਼ਿਆਦਾ ਦੇਣੀ ਪੈਂਦੀ ਆ ਅਤੇ ਉਹ ਰੇਸ ਦੇ ਵੇਲੇ ਸਮੋਕ ਮਾਰਦਾ, ਉਹਦੇ ਜਿਹੜੀ ਇਹ ਚੀਜ਼ ਆ ਗਈ, ਇਹ ਬੂਸਟਰ ਕਹਿ ਦਿੰਦੇ ਆਪਾਂ ਇਹਨੂੰ, ਡੈਫਰਮ ਵੀ ਕਹਿ ਦਿੰਦੇ ਹਾਂ, ਬੂਸਟਰ ਵੀ ਕਹਿ ਦਿੰਦੇ ਹਾਂ। ਜਿਹੜੇ ਇੰਜਨ ਨੂੰ ਆਪਾਂ ਜ਼ਿਆਦਾ ਡਿਲੀਵਰੀ ਦੇ ਕੇ ਰੱਖਣੀ ਆ ਅਤੇ ਚਲਾਉਣਾ ਆਪਾਂ ਵਾਹੀ ਵਾਸਤੇ ਆ ਗਿਆ ਜਾਂ ਨੋਰਮਲ ਕੰਮ ਲੈਣੇ ਨੇ ਆਪਾਂ, ਉਹਦੇ ਵਾਸਤੇ ਇਹ ਜਿਹੜੀ ਚੀਜ਼ ਆ ਇਹ ਵਧੀਆ, ਕਿਉਂਕਿ ਜਦੋਂ ਇੰਜਨ 'ਤੇ ਲੋਡ ਪੈਣਾ ਉਦੋਂ ਨੇ ਡਿਲੀਵਰੀ ਵਧਾ ਦੇਣੀ ਹੈ। ਟਰਬੋ ਦਾ ਬੂਸਟ ਵੱਧ ਜਾਂਦਾ ਹੈਗਾ, ਉਦੋਂ ਆਟੋਮੈਟਿਕ ਜਦੋਂ ਇੰਜਨ ਲੋਡ ਦੇ ਉੱਤੇ ਚੱਲੂਗਾ ਤਾਂ ਜਿਹੜੇ ਟਰਬੋ ਦਾ ਪ੍ਰੈਸ਼ਰ ਹੈ ਉਹ ਆਟੋਮੈਟਿਕ ਵੱਧ ਜਾਂਦਾ ਹੈਗਾ, ਕਿਉਂਕਿ ਐਗਜ਼ੌਸਟ ਜ਼ਿਆਦਾ ਜਾਣ ਲੱਗ ਜਾਂਦੀ ਉਹਦੇ ਵਿੱਚ ਅਤੇ ਉਹਦੀ ਡਿਲੀਵਰੀ ਵਧੂਗੀ। ਇਹਨੇ ਆਮ ਨੋਰਮਲ ਦੇ ਵਿੱਚ ਡਿਲੀਵਰੀ ਇਹ ਵਾਪਸ ਕਰ ਦਿੰਦਾ ਹੈਗਾ ਕਿ ਜਿਹੜੀ ਟਰਬੋ ਲੱਗੀ ਹੈ ਵੀ ਟਰਬੋ ਸਪਰਿੰਗ ਨੂੰ ਕਿੰਨਾ ਦੱਬਦੀ ਹੈ। ਤਕਰੀਬਨ ਮੰਨ ਲਓ ਵੀ 1.5 ਤੋਂ 2 ਜੁੜੀਆਂ ਦਾ ਆਰਾਮ ਨਾਲ ਫਰਕ ਪਾ ਜਾਂਦਾ ਹੈਗਾ, ਅਪ ਡਾਊਨ ਹੋ ਜਾਂਦਾ ਤੇਲ ਇੰਨਾ। ਆਪਾਂ ਨੂੰ ਤੇਲ ਤੋਂ ਬਾਹਰ ਬਾਹਰ ਚੇਂਜ ਦੀ ਲੋੜ ਨਹੀਂ ਪੈਣੀ, ਵੀ ਆਪਾਂ ਲੋਡ 'ਤੇ ਲਾਉਣਾ ਤੇਲ ਵਧਾ ਦਿਓ ਅਤੇ ਜੇ ਆਪਾਂ ਆਮ ਸਿੰਪਲ ਤੋਰੇ ਫਿਰ ਦਾ ਕੰਮ ਲਾਉਣਾ ਤੇਲ ਘਟਾ ਦਿਓ। ਉਹ ਐਡਜਸਟਮੈਂਟ ਆ ਜਿਹੜੀਆਂ ਉਹ ਐਡਜਸਟਮੈਂਟ ਆਪਾਂ ਨੂੰ ਇੱਕ ਵਾਰੀ ਬਸ ਆਪਾਂ ਇਹ ਪੰਪ ਲਾ ਦਾ ਆਪਾਂ ਨੂੰ ਐਡਜਸਟਮੈਂਟਾਂ ਕਰਨ ਦੀ ਲੋੜ ਨਹੀਂ, ਬਾਕੀ ਡਰੋਪਵੇ ਘਟਾਉਂਦਾ ਹੈਗਾ ਇਹ। ਵੈਸੇ ਆਪਾਂ ਇਹ ਟਰੈਕਟਰ ਨੂੰ ਹੁਣ ਇੰਟਰਕੂਲਰ ਲਾਉਣਾ, ਇੰਟਰਕੂਲਰ ਲਾਉਣ ਦਾ ਕਾਰਨ ਇਹ ਆ, ਮੈਨੂੰ ਕੁਛ ਵੀਰਾਂ ਨੇ ਇਹ ਕਿਹਾ ਵੀ ਜਿਹੜਾ ਇੰਟਰਕੂਲਰ ਹੈ ਇੰਟਰਕੂਲਰ ਨਾਲ ਜਿਹੜੀ ਇਹਦੀ ਪਰਫੋਰਮੈਂਸ ਹੈ, ਪਰਫੋਰਮੈਂਸ ਇਹਦੀ ਵਧੀਆ ਰਹਿੰਦੀ ਹੈਗੀ, ਕਿਉਂਕਿ ਜਦੋਂ ਹਵਾ ਗਰਮ ਹੋ ਗਈ ਅਤੇ ਜਿਹੜੀ ਇਹਦੇ ਟਰਬੋ ਦੀ ਕੰਪਰੈਸ਼ਨ ਹੈ, ਕੰਪਰੈਸ਼ਨ ਘੱਟ ਜਾਂਦੀ ਆ, ਉਹਦੇ ਜਿਹੜੇ ਹਵਾ ਦੇ ਮੋਲੀਕੂਲ ਨੇ ਗਰਮ ਹੋ ਕੇ ਦੂਰ ਹੋ ਜਾਂਦੇ ਨੇ। ਕਹਿਣ ਤੋਂ ਭਾਵ ਵੀ ਜੇ ਆਪਾਂ ਇਹਨੂੰ ਠੰਡੀ ਹਵਾ ਦੇਵਾਂਗੇ ਜਿੰਨੀ, ਉਨੀ ਜਿਹੜੀ ਇਹ ਬੂਸਟਰ ਪੰਪ ਦੀ ਵਰਕਿੰਗ ਹੈ, ਵਰਕਿੰਗ ਵਧੀਆ ਰਹਿੰਦੀ ਆ। ਇਸ ਕਰਕੇ ਹੁਣ ਆਪਾਂ ਇਹਨੂੰ ਇੰਟਰਕੂਲਰ ਵੀ ਦੇਣਾ ਗਾ, ਟਰੈਕਟਰ ਨੂੰ ਇੰਟਰਕੂਲਰ ਲਾਉਣਾ ਗਾ। ਬਾਕੀ ਜਿਹੜੇ ਵੀਰਾਂ ਨੂੰ ਧੂੰਏ ਤੋਂ ਐਲਰਜੀ ਆ ਉਹਨਾਂ ਵਾਸਤੇ ਜਿਹੜਾ ਇਹ ਬੂਸਟਰ ਪੰਪ ਆ, ਇਹ ਬੂਸਟਰ ਪੰਪ ਵਧੀਆ ਹੈਗਾ ਉਹਨਾਂ ਵਾਸਤੇ, ਅਤੇ ਉਹ ਆਪਦੇ ਟਰੈਕਟਰ ਦਾ ਜਿਹੜਾ ਬੂਸਟਰ ਪੰਪ ਉਹ ਲਵਾ ਕੇ ਜਿਹੜਾ ਦਾ ਧੂੰਆਂ ਦਾ ਜਿਹੜਾ ਘਟਾ ਸਕਦੇ ਨੇ। ਹੁਣ ਆ ਗਈ ਗੱਲ ਵੀ ਇਹ ਜਿਹੜਾ ਪੰਪ ਹੈ, ਇਹ ਪੰਪ ਦਾ ਜਿਹੜਾ ਟਾਪਾ ਹੈਗਾ, ਟਾਪਾ ਵੀ ਮੰਨ ਲਓ ਕਿਹੜੇ ਇੰਜਣ ਦੇ ਆਉਂਦਾ ਹੈਗਾ, ਇਹ ਜਿਹੜਾ ਟਾਪਾ ਇਹ ਲੈ ਲੈਣ ਦਾ ਹੈ, ਜਿਹੜੇ ਇੰਜਣ ਨੇ ਗੇ 40 ਇੰਜਣਾਂ ਦੇ ਵਿੱਚ ਇਹ ਜਿਹੜਾ ਟਾਪਾ ਹੈਗਾ ਇਹ ਆਉਂਦਾ ਹੈਗਾ। ਜੇ ਪੁਰਾਣਾ ਵੀ ਲੈਣਾ ਵੀ ਹੈ ਕਿਤੋਂ ਮੰਨ ਲਓ ਆਪਾਂ ਜਾਂ ਕਬਾੜ ਦੇ ਵਿੱਚੋਂ ਖਰੀਦ ਕੇ ਲਿਆਉਣਾ ਤਾਂ ਇਹ ਜਿਹੜਾ ਲੈ ਲੈਣ ਦਾ ਇੰਜਣ ਆ ਗਿਆ 40 ਇੰਜਣ ਉਹਦੇ ਆਉਂਦਾ ਹੈਗਾ ਇਹ, ਅਤੇ ਇੱਕ ਮੇਰੇ ਖਿਆਲ ਦੇ ਵਿੱਚ ਫਾਰਮ ਟਰੈਕ ਦੇ ਵੀ ਆਇਆ ਹੈਗਾ ਇਹ ਇਨਲੈਂਡ ਪੰਪ ਦੇ ਉੱਪਰ। ਅਤੇ ਬਾਕੀ ਹੋਲੈਂਡ ਦੇ ਜਿਹੜਾ ਆਉਂਦਾ, ਹੋਲੈਂਡ ਦੇ ਰੂਟਰ ਪੰਪ 'ਤੇ ਆਉਂਦਾ ਹੈਗਾ ਜਿਹੜਾ ਇਹ ਆ ਗਿਆ, ਹੁਣ ਪੰਜਾਬੀ 'ਤੇ ਤਾਂ ਆਉਂਦਾ ਹੀ ਆਉਂਦਾ ਹੈਗਾ। ਬਾਕੀ ਜਿਹੜੇ ਟਰੈਕਟਰ ਧੂੰਆਂ ਪਹਿਲਾਂ ਨਹੀਂ ਦਿੰਦੇ ਹੈਗੇ, ਮੰਨ ਲਓ ਤੁਸੀਂ ਡਿਲੀਵਰੀ ਜਿਹੜੀ ਟਰੈਕਟਰਾਂ ਦੀ ਨੋਰਮਲ ਰੱਖਦੇ ਹੋ ਤਾਂ ਤੁਹਾਨੂੰ ਇਹ ਪੰਪ ਦੀ ਲੋੜ ਨਹੀਂ ਹੈਗੀ ਹੈਗੀ। ਇਹ ਪੰਪ ਸਿਰਫ ਉਹਨਾਂ ਇੰਜਣਾਂ ਦੇ ਉੱਤੇ ਆਪਾਂ ਲਾ ਸਕਦੇ ਹਾਂ ਜਿਹੜੇ ਮੰਨ ਲਓ ਵੀ ਆਪਾਂ ਡੀਜ਼ਲ ਜ਼ਿਆਦਾ ਖੋਲ੍ਹ ਕੇ ਚਲਾਉਂਦੇ ਨੇ, ਪਹਿਲਾਂ ਧੂੰਆਂ ਮਾਰਦੇ ਨੇ। ਜਿਹਨਾਂ ਦੀ ਡਿਲੀਵਰੀ ਆਪਾਂ ਨੋਰਮਲ ਰੱਖਦੇ ਹਾਂ ਜਾਂ ਕੰਪਨੀ ਮੈਡ ਰੱਖਦੇ ਹਾਂ ਉਹਨਾਂ ਦੇ ਉੱਤੇ ਜਿਹੜਾ ਇਹ ਬੂਟਰ ਹੈ ਉਹਦਾ ਕੋਈ ਕੰਮ ਨਹੀਂ ਹੈਗਾ, ਇਹ ਸਿਰਫ ਉੱਥੇ ਕੰਮ
ਬਾਕੀ ਜੇ ਕੁਛ ਕੋਈ ਗੱਲਾਂ ਰਹੀਆਂ ਹੋਈਆਂ ਤਾਂ ਤੁਸੀਂ ਕਮੈਂਟ ਕਰ ਦਿਓ ਇਸ ਨੂੰ ਅਗਲੀ ਵੀਡੀਓ ਦੇ ਵਿੱਚ ਜਿਹੜਾ ਦੱਸਾਂਗੇ ਕਿਉਂਕਿ ਗੱਲਬਾਤ ਰਹਿੰਦੀ ਹੋਈ ਅਤੇ ਇੱਕ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਨੇ ਵੀ ਤੁਹਾਡਾ ਫੋਨ ਨੰਬਰ ਦਿਓ ਵੀਰ ਬਣ ਕੇ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਵੀ ਜਿਹੜਾ ਮੈਂ ਫੋਨ ਨੰਬਰ ਆ ਹੁਣ ਉਹ ਫੋਨ ਨੰਬਰ ਨਹੀਂ ਦੇਦਾ ਕਿਉਂ ਫੋਨ ਨੰਬਰ ਨਾ ਦੇਣ ਦਾ ਕਾਰਨ ਇਹ ਹੈ ਵੀ ਵਿੱਚ ਨਾ ਮੰਨ ਲਓ ਵੀ ਟਾਈਮ ਛੁਡਾਉਣ ਵਾਲੇ ਬੰਦੇ ਥੋੜ੍ਹੇ ਜਿਹੇ ਬਾਹਲੇ ਹੋ ਜਾਂਦੇ ਨੇ ਜੇ ਆਪਾਂ ਫੋਨ ਨੰਬਰ ਦੇ ਦਈਏ ਉਹ ਬਿਨਾਂ ਗੱਲ ਨਹੀਂ ਕਰਨਾ ਕੁਛ ਨਹੀਂ ਹੁੰਦਾ ਹੈਗਾ ਉਹ ਨਾਲੇ ਤਾਂ ਮੇਰਾ ਟਾਈਮ ਖਰਾਬ ਹੁੰਦਾ ਨਾਲੇ ਉਹਨਾਂ ਦਾ ਟਾਈਮ ਖਰਾਬ ਹੁੰਦਾ ਬਾਕੀ ਜੇ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਹੁੰਦੀ ਹੈ ਮੈਂ ਥੱਲੇ ਕਮੈਂਟਾਂ ਦੇ ਵਿੱਚ ਆਪਦੀ ਆਈਡੀ ਦਾ ਨਾਂ ਲਿਖ ਦੂੰਗਾ ਇੰਸਟਾਗ੍ਰਾਮ ਆਈਡੀ ਦਾ ਤੁਸੀਂ ਉੱਥੇ ਮੇਰੀ ਇੰਸਟਾਗ੍ਰਾਮ ਆਈਡੀ 'ਤੇ ਮੈਸੇਜ ਕਰਕੇ ਉੱਥੋਂ ਜੇ ਕੋਈ ਗੱਲਬਾਤ ਪੁੱਛਣੀ ਤਾਂ ਤੁਸੀਂ ਪੁੱਛ ਸਕਦੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਅਤੇ ਜਿਹੜੇ ਵੀਰ ਨਵੇਂ ਆਏ ਨੇ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਜਿਵੇਂ ਜਿਵੇਂ ਵਿਹਲ ਮਿਲੂਗੀ ਤੁਹਾਡੇ ਵਾਸਤੇ ਵੀਡੀਓ ਜਿਹੜੀਆਂ ਨੇ ਮੋਟੀਵੇਸ਼ਨ ਵਾਲੀਆਂ ਵੀਡੀਓ ਨੇ ਆਪਾਂ ਲੈ ਕੇ ਆਉਂਦੇ ਰਹਾਂਗੇ।